ਆਸਣ। ਕਹਿਣ ਲੱਗੇ ਬਾਬਾ ਜੀ ਸਾਡਾ ਆਸਣ ਥੱਲੇ ਧਰਤੀ ਤੇ ਚਿੱਟੀ ਚਾਦਰ ਵਿਛਾ ਦਿੱਤੀ ਜਾਏ। ਅੱਜ ਵੀ ਤੁਸੀਂ ਕੋਠਾ ਸਾਹਿਬ ਜਾਇਓ, ਕਦੀ ਮੈਂ ਬੇਨਤੀ ਕਰਾਂਗਾ, ਕੱਲੇ ਹਰਿਮੰਦਰ ਸੇ ਬੋਲਣ ਵਾਸਤੇ ਇੱਕ ਮਹੀਨੇ ਦਾ ਟਾਈਮ ਹੋਵੇ, ਇੱਕ ਇੱਕ ਚੀਜ਼ ਸੰਗਤ ਤੱਕ ਜਾਏਗੀ ਜਿਹੜੀ ਸ਼ਾਇਦ ਆਪਾਂ ਕਦੀ ਸੋਚੀ ਵੀ ਨਾ ਹੋਵੇ। ਹਕੀਕਤ ਹੈ, ਅਸੀਂ ਹਰ ਕੀ ਪੌੜੀ ਦੀ ਗੱਲ ਕਰਨੇ ਆ, ਜਿਹੜੀ ਅਖੀਰ ਵਾਲੀ ਪੌੜੀ ਹੈ ਉਹਦੇ ਉੱਤੇ ਕ੍ਰਾਸ ਲੱਗਾ ਹੈ। ਅਖੀਰ ਵਾਲੀ ਪੌੜੀ ਚਾਰ ਪਿੰਡਾਂ ਦੀ ਸਾਂਝੀ ਨੁੱਕਰ ਦੇ ਉੱਤੇ ਬਣੀ ਹੋਈ ਹੈ। ਹਜ਼ੂਰ ਨੇ ਆਪਣੀ ਚਾਦਰ ਉੱਥੇ ਵਿਛਾ ਦਿੱਤੀ। ਅੱਜ ਵੀ ਗੁਰੂ ਗ੍ਰੰਥ ਸਾਹਿਬ ਜਦੋਂ ਕੋਠਾ ਸਾਹਿਬ ਜਾਂਦੇ ਨੇ ਤੇ ਗੁਰੂ ਅਰਜਨ ਦੇਵ ਜੀ ਦੇ ਨਾਂ ਦੀ ਚਾਦਰ ਵਿੱਚ ਦਿਖੇ। ਸਮਾਂ ਲੰਘਦਾ ਗਿਆ ਹੈ, ਬਾਬਾ ਬੁੱਢਾ ਜੀ ਸੇਵਾ ਨਿਭਾਉਂਦੇ ਗਏ, ਸ਼ਹਾਦਤ ਦੇ ਦਿਨ ਆ ਗਏ ਨੇ। ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਨੂੰ ਪਿਆਨਾ ਕਰਨ ਲੱਗੇ ਨੇ। ਇੱਥੇ ਜਿਹੜੇ ਬਚਨ ਕਹੇ ਨੇ ਉਹ ਬੜੇ ਭਾਵਪੂਰਤ ਨੇ। ਹਜ਼ੂਰ ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਲੱਗਿਆ ਇਹ ਸ਼ਬਦ ਕਹਿ ਸਨ, ਬੇਟਾ ਕਿ ਇਸ ਬਿਰਧ ਬਾਬੇ ਦਾ ਅਦਬ ਕਰੀ। ਇੱਥੋਂ ਤੱਕ ਪੜ੍ਹੇ ਨੇ ਸ਼ਬਦ ਕਿ ਪਦਮ ਸਾਹਿਬ ਲਿਖਦੇ ਨੇ, ਸਤਬੀਰ ਸਿੰਘ ਉਹਨਾਂ ਨੇ ਵੀ ਇਹ ਕੋਟ ਕੀਤੇ ਨੇ, ਸ਼੍ਰੋਮਣੀ ਕਮੇਟੀ ਨੇ ਕਿਤਾਬ ਛਾਪੀ ਹੈ ਹਰਿਮੰਦਰ ਦਾ ਸੁਨਹਿਰੀ ਇਤਿਹਾਸ, ਉਹਦੇ ਵਿੱਚ ਇਹ ਲਿਖਿਆ ਹੈ। ਕਹਿਣ ਲੱਗੇ ਬੇਟਾ ਜੋ ਬਾਬਾ 32 ਦੰਦਾਂ ਵਿੱਚੋਂ ਕਹਿ ਦੇ ਇਹਨਾਂ ਦੀ ਗੱਲ ਨੂੰ ਕਦੀ ਉਲੰਘਣਾ ਨਹੀਂ, ਜੋ ਇਹ ਕਹਿ ਦੇਣ ਉਹਨੂੰ ਸੱਤ ਬਚਨ ਕਰਕੇ ਮੰਨਣਾ ਹੈ। ਪਰ ਬਾਬੇ ਨੇ ਖੱਤ ਜੋੜ ਕੇ ਕਿਹਾ, ਨਹੀਂ ਦਾਤਾ, ਮੈਂ ਤਾਂ ਤੇਰੇ ਦਰ ਦਾ ਚਾਕਰ ਹਾਂ, ਮੈਂ ਤੇਰੇ ਦਰ ਦਾ ਗੁਲਾਮ ਹਾਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਲਾਹੌਰ ਦੀ ਧਰਤੀ ਤੇ ਜਾਣ ਤੋਂ ਪਹਿਲਾਂ ਹਰਿਮੰਦਰ ਸਾਹਿਬ ਵਿੱਚ ਆਏ ਨੇ, ਨਮਸਕਾਰ ਕੀਤੀ, ਪਰਕਰਮਾ ਕਰਕੇ ਆਪ ਲਾਹੌਰ ਨੂੰ ਚਲੇ ਗਏ। ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਪਿੱਛੇ ਨੇ, ਪੰਜ ਸਿੱਖ ਕਿਰਪਾਲੂ ਦਾਤਾ ਜੀ ਦੇ ਨਾਲ ਗਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋ ਗਈ ਤੇ ਇੱਧਰ ਇਸ ਬਾਬੇ ਨੇ ਆਪਣੀਆਂ ਅੱਖਾਂ ਨਾਲ ਗੁਰਬਾਣੀ ਦਾ ਯੁੱਗ ਵੀ ਦੇਖਿਆ ਸੀ, ਅੱਜ ਬਾਬੇ ਬੁੱਢੇ ਦੀਆਂ ਅੱਖਾਂ ਨੇ ਕੁਰਬਾਨੀ ਦਾ ਯੁੱਗ ਵੀ ਵੇਖਿਆ ਤੇ ਕੱਲ ਨੂੰ ਇਸ ਬਾਬੇ ਬੁੱਢੇ ਦੀਆਂ ਹੱਥਾਂ ਨੇ ਬਾਹਾਂ ਨੇ ਤਖਤ ਦੀਆਂ ਇੱਟਾਂ ਲਾ ਕੇ ਗੁਰੂ ਨੂੰ ਤਖਤ ਤੇ ਬਿਠਾ ਕੇ ਦੋ ਕਿਰਪਾਨਾਂ ਵੀ ਪਾ ਦੇਣੀਆਂ। ਕੈਸੇ ਕਮਾਲ ਦਾ ਸਿਧਾਂਤ ਸਾਂਭ ਕੇ ਬੈਠੇ। ਬਾਬਾ ਬੁੱਢਾ ਸਿੱਖ ਇਤਿਹਾਸ ਦੀ ਉਹ ਕਿਤਾਬ ਹੈ ਕਿ ਜਿਹੜਾ ਅੱਜ ਤੀਕਰਾ ਨਾ ਕੋਈ ਪੜ੍ਹ ਸਕਿਆ ਤੇ ਨਾ ਕੋਈ ਲਿਖ ਸਕਿਆ, ਉਹ ਖੁਦ ਆਪਣੇ ਆਪ ਵਿੱਚ ਇਤਿਹਾਸ ਦਾ ਗ੍ਰੰਥ ਨੇ। ਧੰਨ ਗੁਰੂ ਅਰਜਨ ਦੇਵ ਸ਼ਹੀਦ ਹੋ ਗਏ ਨੇ, ਬਾਬਾ ਬੁੱਢਾ ਸਾਹਿਬ ਨੇ ਆਪ ਪਾਠ ਕੀਤਾ ਹੈ, ਆਪ ਅਰਦਾਸ ਕੀਤੀ ਹੈ। ਧੰਨ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਅੱਤ ਦੇ ਨਜ਼ਦੀਕ ਨੇ ਬਾਬਾ ਬੁੱਢਾ ਸਾਹਿਬ ਜੀ। ਅੱਜ ਅਕਾਲ ਤਖ਼ਤ ਇਹਦੀ ਪਹਿਲੀ ਇੱਟ ਰੱਖੀ ਜਾਣੀ ਹੈ। ਗੁਰੂ ਕੇ ਸਿੱਖੋ ਕੋਈ ਮਿਸਤਰੀ ਨਹੀਂ, ਕੋਈ ਕਾਰੀਗਰ ਨਹੀਂ, ਕੋਈ ਚੂਨਾ ਪਕੜਾਉਣ ਵਾਲਾ ਨਹੀਂ ਦੂਸਰਾ ਬੰਦਾ, ਕੇਵਲ ਤਿੰਨ ਨੇ। ਕਿਉਂਕਿ ਜਿਨ੍ਹਾਂ ਨੇ ਅਕਾਲ ਨੂੰ ਜਪਿਆ ਹੈ, ਅਕਾਲ ਨੂੰ ਸਿਮਰਿਆ ਹੈ, ਦੇਹ ਤੋਂ ਉੱਪਰ ਉੱਠ ਕੇ ਅਕਾਲ ਦੇ ਵਿੱਚ ਅਭੇਦ ਹੋ ਗਏ ਨੇ, ਉਹਦੇ ਤਖ਼ਤ ਨੂੰ ਇੱਟਾਂ ਕੇਵਲ ਉਹ ਲਾ ਸਕਦਾ ਜਿਹਨੂੰ ਅਕਾਲ ਦਾ ਭੇਦ ਆਉਂਦਾ ਹੋਵੇ। ਬਾਬਾ ਬੁੱਢਾ ਸਾਹਿਬ ਨੇ ਸਤਿਗੁਰੂ ਨੂੰ ਇੱਟ ਪਕੜਾਈ, ਦੂਜੇ ਨਾਲ ਭਾਈ ਗੁਰਦਾਸ ਲੱਗੇ, ਤੀਜੇ ਧੰਨ ਗੁਰੂ ਹਰਗੋਬਿੰਦ ਸਾਹਿਬ ਲੱਗੇ। ਬਾਬਾ ਬੁੱਢਾ ਉਹ ਮਹਾਨ ਸਿੱਖ ਹੈ ਕਿ ਜਿਹਨੂੰ ਅਕਾਲ ਤਖ਼ਤ ਦੀਆਂ ਇੱਟਾਂ ਰੱਖਣ ਦਾ ਮਾਣ ਪ੍ਰਾਪਤ ਹੋਇਆ ਹੈ। ਸਿੱਖ ਇਤਿਹਾਸ ਨੇ ਪਰਚੇ ਵੀ ਸ਼ਬਦ ਸਾਂਭੇ ਨੇ, ਵਕਰੇ ਵਰਕੇ ਸਾਂਭ ਕੇ ਰੱਖੇ ਨੇ ਕਿ ਕਿਸੇ ਰਾਜ ਨੇ ਖਾਤ ਲਗਾਇਓ
ਬੁੱਢਾ ਔਰ ਗੁਰਦਾਸ ਬਣਾਇਓ। ਬਾਬਾ ਬੁੱਢਾ ਜੀ ਨੇ ਤਖ਼ਤ ਤੇ ਬਿਠਾਇਆ ਹੈ ਤੇ ਅੱਜ ਬਾਬਾ ਜੀ ਨੇ ਦੋ ਕਿਰਪਾਨਾਂ ਪਾਈਆਂ ਨੇ। ਕਈ ਸੱਜਣ ਕਹਿੰਦੇ ਨਹੀਂ ਜੀ ਪੁੱਠੀ ਪਾ ਗਏ, ਮੈਂ ਕਹਿੰਦਾ ਜਿਹਨੇ 65 ਵਿਦਿਆ ਦਿੱਤੀਆਂ, ਘੋੜ ਸਵਾਰੀ ਸਿਖਾਈ, ਉਹਨਾਂ ਨੂੰ ਪਤਾ ਨਹੀਂ ਕਿਰਪਾਨ ਕਿੱਧਰ ਦੀ ਪਾਣੀ। ਨਹੀਂ, ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਾ ਦਿੱਤੀਆਂ ਤੇ ਜਦੋਂ ਬਾਬਾ ਬੁੱਢਾ ਕਿਰਪਾਨਾਂ ਪਿਆ ਪਾਉਂਦਾ ਸੀ ਤੇ ਸੁਰ ਸਿੰਘ ਪਿੰਡ ਦੇ ਢਾਡੀ ਦੋਨੋਂ ਭਰਾ ਨੱਥਾਂ ਤੇ ਅਬਦੁੱਲਾ ਸਾਹਮਣੇ ਖਲੋਤੇ, ਉਹਨਾਂ ਨਾਲ ਹੀ ਵਾਰ ਗਾ ਦਿੱਤੀ ਕਿ ਦੋ ਤਲਵਾਰਾਂ ਵੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਤਾਂ ਕਰੇ ਤਗੀਰ ਦੀ, ਤੇ ਪੌੜੀ ਇੱਥੇ ਆ ਕੇ ਲਾਉਂਦੇ ਸਨ ਪੱਗ ਤੇਰੀ ਕੀ ਜਹਾਂਗੀਰ ਦੀ। ਬਾਬੇ ਬੁੱਢੇ ਦੀ ਕਿਰਪਾਨਾਂ ਪਾਈਆਂ, ਵਾਰ ਦਾ ਜਨਮ ਹੋਇਆ। ਮੈਂ ਕਹਿੰਦਾ ਕਿ ਜਿੱਥੇ ਗੁਰਬਾਣੀ ਦੇ ਕੀਰਤਨ ਦੀਏ ਰਸੀਏ ਪੈਦਾ ਹੋਏ ਉੱਥੇ ਬਾਬੇ ਬੁੱਢੇ ਦੀ ਇਸ ਮਰਿਆਦਾ ਨਾਲ ਵੀ ਰਸੀ ਗਾਣ ਵਾਲੇ ਢਾਡੀਆਂ ਦਾ ਜਨਮ ਵੀ ਹੋਇਆ। ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਦੋ ਕਿਰਪਾਨਾਂ ਪਾ ਦਿੱਤੀਆਂ, ਬਾਬਾ ਬੁੱਢਾ ਸਾਹਿਬ ਜੀ ਦੀ ਆਰਬਲਾਂ ਉਸ ਵੇਲੇ 100 ਤੋਂ ਟੱਪਦੀ ਪਈ ਹੈ। ਇਹਨਾਂ ਦਿਨਾਂ ਨੂੰ ਕਦੀ ਚੇਤੇ ਰੱਖਿਓ। ਮੈਂ ਪਿਛਲੇ ਦਿਨੀ ਇੱਕ ਵਾਰੀ ਇੱਥੇ ਅਰਜ਼ ਕੀਤੀ ਸੀ, ਕੁਝ ਘਟਨਾਵਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਲਿਖਤ ਵਿੱਚ ਨਹੀਂ, ਪਰ ਅਸੀਂ ਉਹਨਾਂ ਨੂੰ ਸਵੀਕਾਰ ਕਰਨੇ ਆ, ਇਨਕਾਰ ਨਹੀਂ ਕੀਤਾ ਜਾ ਸਕਦਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਮੈਂ ਸਿਰਫ ਇੱਕ ਉਦਾਹਰਨ ਦੇਣ ਲਈ, ਇਸ ਗੱਲ ਨੂੰ ਸਿੱਧ ਕਰਨ ਲਈ ਕਿ ਪੀਰ ਬੁੱਧੂ ਸ਼ਾਹ ਨੂੰ ਹਜ਼ੂਰ ਨੇ ਕੇਸ ਦਿੱਤੇ ਨੇ, ਮਤ ਸਮਝਿਓ ਮੈਂ ਵਿਸ਼ੇ ਤੋਂ ਨਿਕਲਿਆ, ਕੰਘਾ ਦਿੱਤਾ ਹੈ, ਕੇਸ ਕੰਘਾ ਤੇ ਦਸਤਾਰ ਦਿੱਤੀ ਏ, ਪਰ ਦਸਮ ਗ੍ਰੰਥ ਦੀ ਬਚਿੱਤਰ ਨਾਟਕ ਦੀ ਬਾਣੀ ਵਿੱਚ ਪੰਘਾਣੀ ਦੇ ਯੁੱਧ ਵਿੱਚ ਕਿਤੇ ਵੀ ਪੀਰ ਦਾ ਤੇ ਪੀਰ ਦੇ ਪੁੱਤਰਾਂ ਦਾ ਜ਼ਿਕਰ ਨਹੀਂ। ਤੇ ਕੀ ਆਪਾਂ ਇਹ ਕਹਿ ਦਿਆਂਗੇ ਕਿ ਲਿਖਤ ਵਿੱਚ ਨਹੀਂ ਆਇਆ ਤੇ ਅਸੀਂ ਨਹੀਂ ਮੰਨਦੇ? ਨਹੀਂ, ਲਿਖਤ ਵਿੱਚ ਨਹੀਂ ਆਇਆ ਤੇ ਸਾਨੂੰ ਉਹ ਚੀਜ਼ ਸਬੂਤ ਹੈ। ਉਹ ਕਹਿੰਦੀ ਹੈ ਕਿ ਪੀਰ ਬੁੱਧੂ ਸ਼ਾਹ ਨੂੰ ਕੰਘਾ ਦਿੱਤਾ ਸੀ, ਕੇਸ ਦਿੱਤੇ ਸਨ। ਗੁਰੂ ਕੇ ਸਿੱਖੋ, ਇੱਕ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਇਹਨੂੰ ਭਾਵਨਾ ਦੇ ਨਜ਼ਰੀਏ ਨਾਲ ਤੱਕਿਓ। ਬਾਬਾ ਜੀ ਬੀੜ ਸਾਹਿਬ ਚਲੇ ਗਏ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਨੇ, 100 ਸਾਲ ਤੋਂ ਉੱਪਰ ਉਮਰ ਤੇ ਖੱਤ ਦੇ ਵਿੱਚ ਖੁੰਡਾ ਹੋਣਾ, ਚਿੱਟੇ ਕੱਪੜੇ, ਚਿੱਟਾ ਦਾੜਾ ਤੇ ਨਾਲ ਦੋ ਤਿੰਨ ਸੇਵਾਦਾਰ, ਤੇ ਰਸਤੇ ਵਿੱਚ ਜਿਨ੍ਹਾਂ ਨੇ ਦੇਖਣਾ, ਕਹਿੰਦੇ ਨੇ ਜਦੋਂ ਅੰਮ੍ਰਿਤਸਰ ਦੀਆਂ ਗਲੀਆਂ ਵਿੱਚੋਂ ਬਾਬਾ ਲੰਘਦਾ ਸੀ, ਦੁਕਾਨਾਂ ਤੋਂ ਖਲੋ ਕੇ ਲੋਕ ਪੈਰੀ ਜੋੜੇ ਲਾ ਕੇ ਮੱਥੇ ਟੇਕਦੇ ਸਨ। ਅੱਜ ਉਹ ਬਿਰਧ ਬਾਬਾ ਹੱਥ ਵਿੱਚ ਖੁੰਡਾ ਪਕੜਾ ਆਵੇ, ਧੰਨ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੇ ਬੈਠੇ। ਗੁਰੂ ਹਰਗੋਬਿੰਦ ਸਾਹਿਬ ਕਰਦੇ ਸਨ, ਜਦੋਂ ਬਾਬਾ ਬੁੱਢਾ ਸਾਹਿਬ ਆਉਂਦੇ ਸਨ ਤਖ਼ਤ ਤੋਂ ਉੱਠ ਕੇ ਖਲੋ ਜਾਂਦੇ ਸਨ। ਇਹਨੂੰ ਇਹ ਨਾ ਸਮਝਿਓ ਕਿ ਗੁਰੂ ਨੀਵਾਂ, ਨਹੀਂ, ਮੈਂ ਕਹਿੰਦਾ ਗੁਰੂ ਦੀ ਵਿਡਿਆ ਵਿੜਪਣਾ ਦੇਖੋ, ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵ। ਅੱਜ ਦੇਖਿਆ ਖੁੰਡਾ ਪਕੜ ਕੇ ਬਾਬਾ ਜੀ ਆਏ, ਗੁਰੂ ਹਰਗੋਬਿੰਦ ਸਾਹਿਬ ਉੱਠ ਕੇ ਸਾਹਮਣੇ ਗਏ ਤੇ ਨਾਲ ਕਿਹਾ, ਬਾਬਾ ਜੀ ਇੱਕ ਬੇਨਤੀ ਅਸੀਂ ਤੁਹਾਨੂੰ ਕਰਨੀ ਹੈ, ਸਾਡੀ ਬੇਨਤੀ ਮੋੜਿਓ ਨਾ, ਸੱਚੇ ਪਾਤਸ਼ਾਹ ਹੁਕਮ ਕਰੋ, ਮੈਂ ਤੁਹਾਡਾ ਸੇਵਾਦਾਰ ਹਾਂ। ਮੈਂ ਕਹਿੰਦਾ ਉਦਣ ਵੀ ਕਿਹਾ ਸੀ, ਅੱਜ ਸਾਡੇ ਵਰਗਾ ਕੋਈ ਗ੍ਰੰਥੀ ਸਾਹਿਬ, ਕੋਈ ਬਾਬਾ ਅਰਦਾਸ ਕਰਦਾ ਹੈ ਨਾ ਕਿ ਤੁਹਾਡੇ ਘਰ ਪੁੱਤਰ ਹੋਣਾ, ਉਹ ਕਈ ਸਾਲ ਇਹ ਹੀ ਕੈਸ਼ ਕਰੀ ਜਾਏਗਾ, ਮੇਰੀ ਅਰਦਾਸ ਕਰਕੇ ਤੁਹਾਡਾ ਕੰਮ ਚੱਲਿਆ, ਮੇਰੀ ਅਰਦਾਸ ਕਰਕੇ ਤੁਹਾਨੂੰ ਪੁੱਤਰ ਮਿਲਿਆ। ਮੈਂ ਕਹਿੰਦਾ ਜਿਹਦੀ ਅਰਦਾਸ ਕਰਕੇ ਪੁੱਤਰ ਮਿਲਿਆ ਉਹ ਜੋੜੇ ਲਾ ਕੇ ਹੱਥ ਜੋੜ ਕੇ ਕਹਿੰਦਾ, ਤੁਸੀਂ ਬੇਨਤੀ ਨਹੀਂ ਹੁਕਮ ਕਰੋ, ਮੈਂ ਤੁਹਾਡਾ ਗੁਲਾਮ ਹਾਂ, ਦਾਵਾ ਨਹੀਂ। ਹਜ਼ੂਰ ਕਹਿਣ ਲੱਗੇ, ਬਾਬਾ ਜੀ ਇੱਕ ਕਿਰਪਾ ਕਰੋ,
ਤੁਸੀਂ ਪੈਦਲ ਨਾ ਆਇਆ ਕਰੋ, ਸਰੀਰ ਬਿਰਧ ਹੈ। ਸੱਚੇ ਪਾਤਸ਼ਾਹ ਸਤਿਆ ਤੂੰ ਦਿੱਤੀ ਏ। ਕਹਿਣ ਲੱਗੇ ਸਾਡੀ ਪਾਲਕੀ ਲੈ ਜਾਓ, ਅੱਜ ਤੋਂ ਬਾਅਦ ਸਿੱਖ ਤੁਹਾਨੂੰ ਪਾਲਕੀ ਵਿੱਚ ਬਿਠਾ ਕੇ ਲਿਆਉਣਗੇ। ਇਹ ਘਟਨਾ ਮੈਨੂੰ ਇੱਕ ਸੰਤ ਮਹਾਂਪੁਰਸ਼ ਨੇ ਸੁਣਾਈ ਸੀ, ਜਿਹੜਾ ਆਪ 100 ਸਾਲ ਦੇ ਕਰੀਬ ਢੁਕਿਆ ਸੀ ਤੇ ਗੁਰਮੁਖ ਰੱਬ ਦੇ ਰੰਗ ਵਿੱਚ ਰਤਾ ਸੀ। ਉਸ ਮਹਾਂਪੁਰਸ਼ ਨੇ ਕਿਹਾ, ਹਜ਼ੂਰ ਨੇ ਕਿਹਾ ਕਿ ਤੁਸੀਂ ਪਾਲਕੀ ਲੈ ਜਾਓ, ਇਸ ਪਾਲਕੀ ਵਿੱਚ ਆਓ, ਹੱਥ ਜੋੜ ਕੇ ਦਾਤਾ ਸਿੱਖ ਤੇਰੇ ਦਰ ਤੇ ਪੈਦਲ ਤੁਰ ਕੇ ਆਉਂਦਾ ਹੀ ਚੰਗਾ ਲੱਗਦਾ ਹੈ, ਪਾਲਕੀ ਤੁਹਾਡੇ ਵਾਸਤੇ, ਅਸੀਂ ਸੇਵਕ ਹਾਂ। ਹਜ਼ੂਰ ਨੇ ਕਿਹਾ, ਸਾਡੀ ਬੇਨਤੀ ਨਹੀਂ ਮੰਨੋਗੇ? ਕਹਿਣ ਲੱਗੇ, ਜ਼ਰੂਰ ਚਲੋ ਜਿਵੇਂ ਤੁਸੀਂ ਕਹਿੰਦੇ ਹੋ। ਪਾਲਕੀ ਲੈ ਗਏ। ਕੁਝ ਦਿਨਾਂ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਨੂੰ ਪਾਲਕੀ ਵਿੱਚ ਬਿਠਾ ਕੇ ਬੀੜ ਸਾਹਿਬ ਤੋਂ ਹਰਿਮੰਦਰ ਸਾਹਿਬ ਵੱਲ ਲਿਆਉਂਦੇ ਪਏ ਨੇ। ਸਿੱਖ ਪੜਦੇ ਲੱਗੇ ਨੇ, ਗੁਰੂ ਹਰਗੋਬਿੰਦ ਸਾਹਿਬ ਆਪ ਹਰਿਮੰਦਰ ਤੋਂ ਚੱਲ ਕੇ ਰਾਮਸਰ ਦੇ ਕਿਨਾਰੇ ਆ ਪਹੁੰਚੇ, ਕਿਉਂਕਿ ਉਦੋਂ ਵੀ ਰਸਤਾ ਬੀੜ ਸਾਹਿਬ ਦਾ ਆਉਂਦਾ ਸੀ। ਇੱਥੇ ਆ ਪਹੁੰਚੇ ਤੇ ਜਿਨ੍ਹਾਂ ਪਾਲਕੀ ਚੁੱਕੀ ਸੀ, ਪਰਦੇ ਵਿੱਚ ਬਾਬਾ ਬੁੱਢਾ ਸਾਹਿਬ ਨੇ, ਸੱਚੀ ਸਰਕਾਰ ਨੇ ਇੱਕ ਸੱਜਣ ਨੂੰ ਕਿਹਾ, ਤੂੰ ਮੋਢਾ ਪਰਾਂ ਕਰ ਲੈ, ਅੱਜ ਬਾਬੇ ਦੀ ਪਾਲਕੀ ਨੂੰ ਮੋਢਾ ਮੈਨੂੰ ਲਾਣ ਦੇ। ਦੇਖਿਓ, ਇੱਥੇ ਮੋਢਾ ਨਹੀਂ ਲੱਗਣ ਦਿੱਤਾ, ਪਰ ਅਰਥੀ ਨੂੰ ਮੋਢਾ ਫਿਰ ਵੀ ਲਾ ਗਏ। ਉਹ ਅੱਗੇ ਮੈਂ ਬੇਨਤੀ ਕਰਨੀ। ਕਹਿਣ ਲੱਗੇ, ਮੈਨੂੰ ਮੋਢਾ ਲਾਣ ਦਿਓ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਮੋਢਾ ਲਾਇਆ, ਅੰਦਰੋਂ ਆਵਾਜ਼ ਆਈ, ਪਾਲਕੀ ਰੋਕ ਦਿਓ, ਨਹੀਂ ਤੇ ਪਾਲਕੀ ਵਿੱਚੋਂ ਮੈਂ ਛਾਲ ਮਾਰਾਂਗਾ। ਪਾਲਕੀ ਥੱਲੇ ਰੱਖ ਦਿੱਤੀ, ਨਿਕਲ ਕੇ ਬਾਬੇ ਨੇ ਚਰਨ ਪਕੜ ਲਏ। ਮੈਂ ਕਹਿੰਦਾ, ਦੇਖੋ ਗੁਰਸਿੱਖੀ ਮਰਜੀਵੜਿਆਂ ਦੀ ਖੈ, ਮੁਰਦਿਆਂ ਦੀ ਖੈ, ਇੱਥੇ ਖੌਮੇ ਵਿੱਚ ਜੀਣ ਵਾਲਿਆਂ ਨੂੰ ਸਿੱਖੀ ਦਾ ਕਿਣਕਾ ਨਹੀਂ ਜੇ ਮਿਲਦਾ। ਚਰਨ ਪਕੜ ਕੇ ਕਿਹਾ, ਸੱਚੇ ਪਾਤਸ਼ਾਹ, ਮੈਂ ਤੇਰੇ ਦਰ ਤੇ ਪੈਦਲ ਆਉਣਾ ਵਾਂ, ਮੈਂ ਪਾਲਕੀ ਵਿੱਚ ਨਹੀਂ ਆਉਣਾ।